ਕੰਪਨੀ ਚ ਕੰਮ ਕਰਦੇ ਨੌਜਵਾਨ ਦੀ ਕਰੰਟ ਲੱਗਣ ਕਾਰਨ ਹੋਈ ਮੌਤ। ਤਿੰਨ ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ। ਨਹੀਂ ਦੇਖੇ ਜਾਂਦੇ ਰੋਂਦੇ ਕੁਰਲਾਉਂਦੇ ਮਾਪੇ। ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੱਸ ਦੇ ਕਿ ਇੱਕ ਨੌਜਵਾਨ ਜੋ ਕਿ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਤਾਂ ਕੰਪਨੀ ਦੇ ਵਿੱਚ ਬਿਜਲੀ ਦਾ ਕੰਮ ਕਰਦੇ ਸਮੇਂ ਕਰੰਟ ਲੱਗਣ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਤਾਂ ਕਿਹਾ ਜਾ ਰਿਹਾ ਕਿ ਮ੍ਰਿਤਕ ਨੌਜਵਾਨ ਪਿਛਲੇ 10-12 ਸਾਲਾਂ ਤੋਂ ਇੱਕ ਨਿੱਜੀ ਕੰਪਨੀ ਦੇ ਵਿੱਚ ਕੰਮ ਕਰਦਾ ਆ ਰਿਹਾ ਸੀ ਤਾਂ ਕੰਮ ਦੇ ਚੱਲਦੇ ਤਾਂ ਉਹ ਬਿਜਲੀ ਦਾ ਕੰਮ ਕਰਦਾ ਜਿਸ ਕਾਰਨ ਉਸਨੂੰ ਕਰੰਟ ਲੱਗ ਜਾਂਦਾ ਅਤੇ ਉਸਦੀ ਮੌਤ ਹੋ ਜਾਂਦੀ ਹੈ। ਤਾਂ ਇਹ ਮੰਦਭਾਗੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ। ਦੱਸ ਦਈਏ ਕਿ ਮ੍ਰਿਤਕ ਨੌਜਵਾਨ ਤਿੰਨ ਧੀਆਂ ਦਾ ਪਿਓ ਸੀ। ਪਿਓ ਦਾ ਸਾਇਆ ਜਿਹੜਾ ਕਿ ਇਹਨਾਂ ਮਾਸੂਮ ਬੱਚਿਆਂ ਦੇ ਸਿਰ ਤੋਂ ਉੱਠ ਗਿਆ ਤਾਂ ਰੋਂਦੇ ਕੁਰਲਾਉਂਦੇ ਮਾਪੇ ਨਹੀਂ ਦੇਖੇ ਜਾ ਰਹੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਤਾਂ ਉਧਰ ਹੀ ਦੂਜੇ ਪਾਸੇ ਕੰਪਨੀ ਦੇ ਅਧਿਕਾਰੀਆਂ ਦਾ ਇਹ ਕਹਿਣਾ ਕਿ ਨੌਜਵਾਨ ਦੀ ਹਾਰਟ ਅਟੈਕ ਕਾਰਨ ਮੌਤ ਹੋ ਗਈ ਹੈ। ਤਾਂ ਫਿਰ ਜਾਣਦੇ ਹਾਂ ਪੀੜਤ ਪਰਿਵਾਰਕ ਮੈਂਬਰਾਂ ਦਾ ਤੇ ਕੰਪਨੀ ਦੇ ਅਧਿਕਾਰੀਆਂ ਦਾ ਤੇ ਪੁਲਿਸ ਅਧਿਕਾਰੀਆਂ ਦਾ ਕੀ ਕੁਛ ਕਹਿਣਾ। ਮੇਰਾ ਨਾ ਘਰ ਵਾਲਾ ਇੱਥੇ ਕੰਮ ਕਰਦਾ ਵਾ ਕੰਪਨੀ 'ਚ। ਆ ਕੰਪਲੀਟ ਕੰਮ ਰੋਡ ਹੈਗਾ ਵਾ, ਦਫ਼ਤਰ ਘਰ ਬਣਾਇਆ ਹੋਇਆ ਵਾ। ਇਹ ਨਾ ਇੱਥੇ UPS ਦਾ ਰਿਪੇਅਰਿੰਗ ਦਾ ਔਨਲਾਈਨ ਕੰਮ ਹੁੰਦਾ ਵਾ, ਬਿਜਲੀ ਦਾ ਕੰਮ ਵੀ ਕਰਦੇ ਆ। ਇਹਨਾਂ ਨੇ ਨਾ ਉੱਧਰ ਬਜੀਠਾ ਰੋਡ 'ਤੇ ਵੀ ਨਵਾਂ ਕੰਮ ਫੜਿਆ ਵਾ, ਉੱਥੇ ਇਹਨੂੰ ਭੇਜਿਆ ਸੀ ਕੰਮ ਕਰਨ। ਸਵੇਰੇ 9 ਵਜੇ ਦਾ ਗਿਆ ਵਾ, 12 ਵਜੇ ਮੇਰੀ ਗੱਲ ਹੋਈ ਆ, ਉਦੋਂ ਠੀਕ ਸੀ। 1:30 ਵਜੇ ਮੈਂ ਫੋਨ ਕੀਤਾ, ਨਹੀਂ ਫੋਨ ਚੁੱਕੇ 2-3, ਪਰ ਮੈਂ ਕਿਹਾ ਸ਼ਾਇਦ ਕੰਮ ਕਰਦਾ ਹੋਊਗਾ। ਉਸ ਤੋਂ ਬਾਅਦ ਮੇਰਾ ਭਰਾ ਵੀ ਇੱਥੇ ਕੰਪਨੀ 'ਚ ਲੱਗਾ ਵਾ, ਉਹਦਾ ਫੋਨ ਆਇਆ ਮੈਨੂੰ। ਉਹਨੇ ਕਿਹਾ ਵਾ ਕਿ ਦੇਖੋ ਤੂੰ ਘਰੇ ਆ, ਮੈਂ ਕਿਹਾ ਹਾਂ। ਕਹਿੰਦਾ ਮੈਡਮ ਨਾਲ ਗੱਲ ਕਰ ਲਾ, ਜਿਹੜੀ ਦਫ਼ਤਰ ਦੀ ਮੈਡਮ ਆ। ਮੈਡਮ ਦੇ ਮੇਰੇ ਝੂਠ ਬੋਲਿਆ, ਧੋਖਾ ਕੀਤਾ ਮੈਡਮ ਨੇ ਮੇਰੇ ਨਾਲ। ਕਹਿੰਦੀ ਨਹੀਂ, ਕਹਿੰਦੀ ਵੱਡੀ ਠੀਕ ਹੈ, ਮੈਂ ਘਰ ਲੈ ਕੇ ਆਉਣ ਲੱਗੀ ਆ, ਮੈਨੂੰ ਆਹ ਗੱਲ ਕਹੀ ਹੈ, ਘਰ ਆ ਕੇ ਮੇਰੇ ਨਾਲ ਮੇਰੇ ਘਰ ਲਾਸ਼ ਸੁੱਟ ਗਏ। ਬਾਅਦ 'ਚ ਕਹਿੰਦੇ ਆ 12-13 ਸਾਲ ਤੋਂ ਜ਼ਿਆਦਾ ਹੀ ਹੋ ਗਿਆ ਕੰਮ ਕਰਦੇ ਨੇ ਤੇ ਧੋਖਾ ਕੀਤਾ ਇਹਨਾਂ ਨੇ ਮੈਨੂੰ, ਕਿਹਾ ਕਿ ਠੀਕ ਹੈ ਘਰ ਲੈ ਕੇ ਆਉਣ ਲੱਗੇ ਆ, ਅਤੇ ਬਾਅਦ 'ਚ ਲਾਸ਼ ਪਾ ਤੀ ਇਹਨਾਂ ਨੇ ਸਾਡੇ ਘਰ। 3 ਬੱਚੇ 3 ਕੁੜੀਆਂ ਵਾ, ਉਮਰ 33-34 ਸਾਲ ਉਮਰ ਜ਼ਿਆਦਾ ਨਹੀਂ। ਹਾਂਜੀ, ਫਿਰ ਬਾਅਦ 'ਚ ਮੇਰੇ ਰਿਸ਼ਤੇਦਾਰਾਂ ਨੂੰ ਮੈਡਮ ਥੋੜ੍ਹੀ ਦੇਰ ਰਹੀ ਹੈ ਮੇਰੇ ਰਿਸ਼ਤੇਦਾਰਾਂ ਨੂੰ, ਕਹਿੰਦੀ ਇਹਨੂੰ ਅਟੈਕ ਹੋਇਆ ਵਾ, ਅਟੈਕ ਨਹੀਂ ਹੋਇਆ, ਉੱਥੇ ਕਰੰਟ ਲੱਗਾ, ਬਿਜਲੀ ਦਾ ਕੰਮ ਵੀ ਕਰਾਉਂਦੇ ਆ, ਇਹਨੂੰ ਕਰੰਟ ਲੱਗਾ ਵਾ। ਮੰਗਾ ਇਨਸਾਫ ਮੰਗਦੇ ਆ ਬਸ, ਬੱਤੀ ਦਾ ਕੰਮ ਕਰਦਾ ਪਿਆ ਸੀ, ਉੱਪਰ ਸੀਲਿੰਗ ਦੇ ਵਿੱਚ ਕਿਤੇ ਵੜਿਆ, ਉੱਥੇ ਜਾ ਕੇ ਇਹਨੂੰ ਬੱਤੀ ਦਾ ਕੰਮ ਸ਼ੋਰਟ ਕਰਦਿਆਂ ਕਰਦਿਆਂ ਕਿਤੇ ਸ਼ੋਰਟ ਲੱਗਾ। ਉਸ ਤੋਂ ਬਾਅਦ ਇਹਨੂੰ ਮੈਂ ਜਾ ਕੇ ਸੀਲਿੰਗ ਚੋਂ ਕੱਢਿਆ ਵਾ ਜਿੱਥੇ ਇਹਨੂੰ ਸ਼ੋਰਟ ਲੱਗਾ। ਉਸ ਤੋਂ ਬਾਅਦ ਮਤਲਬ ਕਿ ਥੱਲੇ ਲਿਆਂਦਾ ਇਹਨੂੰ, 2nd floor 'ਤੇ ਹੈਗਾ ਸੀ, ਉੱਥੋਂ ਥੱਲੇ ਲਿਆ ਕੇ ਗੱਡੀ 'ਚ ਪਾਇਆ ਹੋਸਪਿਟਲ, ਹੋਸਪਿਟਲ ਵਾਲਿਆਂ ਡੈਡ ਕਰਾਰ ਦਿੱਤਾ। ਉਸ ਤੋਂ ਬਾਅਦ ਫਿਰ ਆਪਾਂ ਘਰ ਲਿਆਂਦੇ ਸਾਰੇ। ਕੰਮ ਕਰਦਾ ਸੀ ਮਾਲਕ, ਉਹ ਨਹੀਂ ਪਹੁੰਚਿਆ? ਉਹ ਮੈਂ ਉਦੋਂ ਇਹਨਾਂ ਦੇ ਵੇਰਕੇ ਗਿਆ ਹੋਇਆ ਸੀ, ਇਹਨਾਂ ਨੂੰ ਤਲਾਹ ਕਰਨਾ ਗਿਆ ਹੋਇਆ ਸੀ।
ਇਹ ਸਰ ਹੁਣ ਮੈਂ ਆਪ ਮੌਕੇ 'ਤੇ ਨਹੀਂ ਹੈਗਾ, ਮੈਂ ਵੇਰਕੇ ਇਤਲਾਹ ਕਰਨ ਗਿਆ ਸੀ ਅਤੇ ਉਸ ਤੋਂ ਬਾਅਦ ਹੀ ਕਿਤੇ ਮਾਲਕ ਵੀ ਕੰਮ ਇਹਨਾਂ ਦੇ ਘਰ ਘੁਰ ਗਏ ਸੀ ਕਿਤੇ, ਉਸ ਤੋਂ ਬਾਅਦ ਜਦੋਂ ਅਸੀਂ ਪਹੁੰਚੇ ਉੱਥੇ ਕੋਈ ਨਹੀਂ। ਇਹਨਾਂ ਦਾ ਨਾਮ ਹੈ ਜੀ ਪ੍ਰਦੀਪ ਕੁਮਾਰ ਪੁੱਤਰ ਰਾਜ ਕੁਮਾਰ, ਵਾਸੀ ਧੁੱਪ ਸੜੀ ਵੇਰਕੇ ਤੋਂ, ਅਤੇ ਐਕਸੀਡੈਂਟ ਇੱਥੇ ਹੀ, ਬਾਕੀ ਪੋਸਟਮਾਰਟਮ ਕਰਦੇ। ਚੜ੍ਹਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਖਾਸ ਰਿਪੋਰਟ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ।